ਕਾਂਗਰਸ ਦੇ ਨਵੇਂ ਇੰਚਾਰਜ ਨਾਲ ਹਾਈਕਮਾਂਡ ਦੀ ਮੀਟਿੰਗ ਹੋਈ ਹੈ, ਆਗੂਆਂ ਦੇ ਨਾਲ ਚਰਚਾ ਚੱਲ ਰਹੀ ਹੈ ਕਿ ਕਾਂਗਰਸ ਪਾਰਟੀ ਦੇ ਵੱਡੇ ਆਗੂ ਉੱਥੇ ਨਹੀਂ ਪਹੁੰਚੇ ਤੇ ਉਹਨਾਂ ਨੇ ਕਿਹਾ ਜਾਂ ਤਾਂ ਨਵਜੋਤ ਸਿੰਘ ਸਿੱਧੂ ਪਾਰਟੀ ਚ ਰਹਿਣਗੇ ਜਾਂ ਮੈਂ ਰਹੂੰਗਾ। ਕਿਹੜੇ ਆਗੂ ਨਹੀਂ ਪਹੁੰਚੇ ਸਰ? ਬਹੁਤ ਸੀਨੀਅਰ ਆਗੂ ਨੇ ਤੁਹਾਡੀ ਪਾਰਟੀ ਦੇ। ਨੌ ਤਾਂ ਲਓ ਨਾ, ਮੈਨੂੰ ਕੀ ਪਤਾ ਹੁਣ ਸੀਨੀਅਰ ਤਾਂ ਅੱਜ ਕੱਲ੍ਹ ਭਾਰਤ-ਭੂਸ਼ਣ ਆਸ਼ੂ ਦੀ ਚਰਚਾ ਚੱਲ ਰਹੀ ਹੈ। ਨਹੀਂ ਸਾਡੀ ਤਾਂ ਦੇਖੋ, ਮੈਂ ਵੀ ਅੱਜ ਬੈਠਾ, ਮੇਰੀ ਵੀ ਅੱਜ ਜਿਹੜੀ ਆ, ਸਾਨੂੰ ਵੀ ਉੱਥੇ ਬੁਲਾਇਆ ਗਿਆ, ਪਰ ਮਹੀਨਾ ਪਹਿਲਾਂ ਆਹ ਹੁਣ ਮੀਟਿੰਗ ਆ ਜਿਹੜੀ ਦਿਸ਼ਾ ਦੀ, ਇਹ ਰੱਖੀ ਹੋਈ ਸੀ, ਅਤੇ ਇਦੋਂ ਬਾਅਦ ਆਸ਼ੂ ਜੀ ਅਤੇ ਮੇਰੀ 4 ਵਜੇ ਮੀਟਿੰਗ ਆ ਜਿਹੜੀ, ਉਹ ਤੋਂ 3 ਦਿਨ ਨੇ ਜਿਹੜੇ ਸਾਡੇ ਇੰਚਾਰਜ ਸਾਹਿਬ ਨੇ, ਉਹ 3 ਦਿਨ ਨੇ ਉਰੇ ਪੰਜਾਬ ਦੇ ਵਿੱਚ। ਕੱਲ੍ਹ ਆਏ, ਦਰਬਾਰ ਸਾਹਿਬ ਮੱਥਾ ਟੇਕਿਆ, ਦੁਰਗਾਣਾ ਮੰਦਿਰ ਸਾਹਿਬ ਮੱਥਾ ਟੇਕਿਆ, ਅਤੇ ਹੁਣ 9, 10, 11 ਤਿੰਨ ਦਿਨ ਉਹ ਉਰੇ ਨੇ। ਉਹਨਾਂ 3 ਦਿਨਾਂ 'ਚ ਕਦੇ ਵੀ ਉਹਨਾਂ ਨਾਲ ਗੱਲ ਕੀਤੀ ਜਾ ਸਕਦੀ ਹੈ, ਪਰ ਮੇਰੀ ਪਹਿਲਾਂ ਆਸ਼ੂ ਦੀ ਹਲਕੇ 'ਚ ਮੇਰੀ ਮੀਟਿੰਗ 4 ਵਜੇ, ਇਦੋਂ ਬਾਅਦ ਉਹਨਾਂ ਦੇ ਏਰੀਏ 'ਚ ਮੀਟਿੰਗ ਰੱਖੀ ਹੋਈ ਆ, ਇਸ ਕਰਕੇ ਉਹ ਅੱਜ ਦੇ ਦਿਨ ਮੀਟਿੰਗ 'ਚ ਨਹੀਂ ਗਏ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।